ਭਰਾ ਨੂੰ ਜੋ ਸਾਡੀਆਂ ਬੱਚੀਆਂ ਤੇ ਜੋ ਸਾਡੇ ਪਰਿਵਾਰ ਤੇ ਜੋ ਪਿੰਡ ਤੇ ਦਾਗ ਲੱਗਾ ਧੱਬਾ ਲੱਗਾ ਇਹਨੂੰ ਮਿਟਾਇਆ ਦਿੱਤਾ ਜਾਵੇ ਬਸ। ਉਹ ਤੇ ਸਰ ਸਾਰਿਆਂ ਨੂੰ ਪਤਾ ਕਿ ਸਾਜ਼ਿਸ਼ ਆ, ਮੇਰੇ ਦੱਸਣ ਨਾਲ ਤੇ ਕੁਝ ਹੋਣਾ ਨਹੀਂ, ਮੈਂ ਤੇ ਉਦੋਂ ਦੀ ਕਹਿਣ ਦੀ। ਦਿੱਲੀ ਦੇ ਸਿੰਘੂ ਬਾਰਡਰ ਤੇ ਪਿਛਲੇ ਦਿਨੀ ਬੇਰਹਿਮੀ ਨਾਲ ਕਤਲ ਕੀਤੇ ਗਏ ਲਖਬੀਰ ਸਿੰਘ ਦੇ ਕਤਲ ਦੀ ਜਾਂਚ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ 3 ਮੈਂਬਰੀ ਸੈੱਟ ਦਾ ਗਠਨ ਕੀਤਾ ਗਿਆ ਸੀ, ਜਿਸ ਦੀ ਅਗਵਾਈ ADGP ਵਰਿੰਦਰ ਕੁਮਾਰ ਕਰ ਰਹੇ ਹਨ। ਅੱਜ ADGP ਵਰਿੰਦਰ ਕੁਮਾਰ ਤੇ SSP ਤਰਨਤਾਰਨ ਲਖਬੀਰ ਸਿੰਘ ਦੇ ਘਰ ਪਿੰਡ ਚੀਮਾ ਖੁਰਦ ਵਿਖੇ ਤਰਨਤਾਰਨ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਹਨ। ਇਸ ਮੌਕੇ ਉਹਨਾਂ ਨੇ ਪਿੰਡ ਵਾਸੀਆਂ ਤੋਂ ਵੀ ਪੁੱਛਗਿੱਛ ਕੀਤੀ ਹੈ ਅਤੇ ਪੀੜਤ ਪਰਿਵਾਰ ਨਾਲ ਵੀ ਇਸ ਮਾਮਲੇ ਤੇ ਡੂੰਘਾਈ ਨਾਲ ਗੱਲਬਾਤ ਕੀਤੀ ਹੈ। ਇਸ ਸਾਰੇ ਮਾਮਲੇ ਤੇ ਜਾਣਕਾਰੀ ਦਿੰਦਿਆਂ ADGP ਵਰਿੰਦਰ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਇਸ ਕੇਸ ਨੂੰ ਹੱਲ ਕਰ ਲਿਆ ਜਾਵੇਗਾ। ਉਧਰ ਮ੍ਰਿਤਕ ਲਖਬੀਰ ਸਿੰਘ ਦੀ ਭੈਣ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਹੈ ਕਿ ਉਸਦੇ ਭਰਾ ਨੂੰ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਹੈ, ਜਿਸ ਤੋਂ ਪਰਦਾ ਚੁੱਕਿਆ ਜਾਣਾ ਚਾਹੀਦਾ ਹੈ। ਤਸਵੀਰਾਂ ਤਰਨਤਾਰਨ ਦੇ ਚੀਮਾ ਖੁਰਦ ਦੀਆਂ ਹਨ, ਜਿੱਥੇ ਕਿ ਲਖਬੀਰ ਸਿੰਘ ਦੇ ਕਤਲ ਮਾਮਲੇ ਦੀ ਜਾਂਚ ਕਰਨ ਲਈ ਪੰਜਾਬ ਸਰਕਾਰ ਦੇ ਸੈੱਟ ਅੱਜ ਵਿਸ਼ੇਸ਼ ਤੌਰ ਤੇ ਪਹੁੰਚੀ ਹੈ। ਇਸ ਮੌਕੇ ਉਹਨਾਂ ਨੇ ਪੀੜਤ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਪਿੰਡ ਦੇ ਵਿੱਚ ਲੋਕਾਂ ਦੇ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਲਖਬੀਰ ਨੂੰ ਲੈ ਕੇ ਪੁੱਛਗਿੱਛ ਕੀਤੀ ਹੈ। ਸਪੈਸ਼ਲ ਜਿਹੜੀ ਇਨਵੈਸਟੀਗੇਸ਼ਨ ਟੀਮ ਬਣੀ ਹੈ, ਅਸਾਂ ਕੁਝ ਦਿਨਾਂ ਤੋਂ ਹੈ ਲੋਕਲ ਪੁਲਿਸ ਸਾਰੇ ਜਾਣੇ ਲੱਗੇ ਹੋਏ ਹੈ ਕਿ ਇਹ ਪਤਾ ਲਗਾਇਆ ਜਾਵੇ ਬੇਸਿਕਲੀ ਕੀ ਹੈ, ਇਹ ਗਿਆ ਕਿਸ ਤਰ੍ਹਾਂ ਗਾ ਇੱਥੋਂ, ਕਿਸ ਹਾਲਾਤਾਂ 'ਚ ਗਿਆ, ਕੌਣ ਇਹਨੂੰ ਲੈ ਕੇ ਗਿਆ। ਸੋ ਉਹੀ ਜਾਣਨ ਲਈ ਅੱਜ ਅਸੀਂ ਆਏ ਸੀ, ਕਿਉਂਕਿ ਇਹਨਾਂ ਦੇ ਜਿਹੜੇ ਸਿਸਟਰ ਹੈਗੇ ਆ ਅਤੇ ਇਹਨਾਂ ਨਾਲ ਗੱਲਬਾਤ ਅਸੀਂ ਡਿਟੇਲ 'ਚ ਕੀਤੀ ਹੈਗੀ ਕਿ ਤਾਂ ਕਿ ਕੋਈ ਪਤਾ ਲੱਗ ਸਕੇ, ਕੋਈ ਕਲਿਊ ਮਿਲ ਸਕੇ ਕਿ ਕਿਸ ਹਾਲਾਤਾਂ 'ਚ ਕਿਵੇਂ ਉੱਥੇ ਪਹੁੰਚ ਗਿਆ ਹੈ। ਕਰ ਰਹੇ ਹਾਂ ਜੀ, ਕਈ ਥਿਊਰੀਆਂ 'ਤੇ ਅਸੀਂ ਵਰਕ ਕਰ ਰਹੇ ਹਾਂ, ਕੁਛ ਜਿਹੜੇ ਆ ਇਨਫੋਰਮੇਸ਼ਨ ਪਤਾ ਵੀ ਲੱਗੀ ਅਸੀਂ ਉਹ 'ਤੇ ਵਰਕਆਊਟ ਕਰ ਰਹੇ ਹਾਂ ਜੀ ਕੋਸ਼ਿਸ਼। ਹਾਂ, ਸਾਡੀ ਤਾਂ ਦੇਖੋ ਇਹੋ ਹੀ ਹੈ ਕਿ ਇਹ ਜਿਹੜੀ ਗੁੰਝਲ ਹੈਗੀ ਨਾ ਸੁਲਝਾਇਆ ਜਾਏ ਜਲਦੀ ਤੋਂ ਜਲਦੀ। ਇੱਕ ਸਰ ਆਉਂਦੀ ਆ ਵੀ ਉਹ ਇੱਥੇ ਪਿੰਡ ਆਉਂਦਾ ਰਿਹਾ ਜਾ ਕੇ ਜਾਗੇ ਕੀ ਆਏ ਇੱਥੇ ਜਾਣ ਲੈ ਕੇ ਗਏ ਨਾਲ। ਇਹ ਤਾਂ ਜਲਦੀ ਗੱਲਬਾਤ ਕਰਨ ਆਏ ਸੀ, ਦੇਖੋ ਇੱਕ ਤਾਂ ਅਸੀਂ ਉਹਨਾਂ ਦਾ ਇੰਨਾ ਵੱਡਾ ਨੁਕਸਾਨ ਹੋਇਆ ਫੈਮਿਲੀ ਦਾ, ਉਹਨਾਂ ਨਾਲ ਗੱਲਬਾਤ ਕਰਨੀ, ਪਲੱਸ ਇਹ ਇੰਪੋਰਟੈਂਟ ਹੈਗਾ ਕਿ ਲਾਸਟ ਇਹਨਾਂ ਕੋਲੋਂ ਹੀ ਗਿਆ ਸੀ, ਤਾਂ ਇਹਨਾਂ ਨਾਲ ਗੱਲਬਾਤ ਡਿਟੇਲ 'ਚ ਕੀਤੀ ਤਾਂ ਕਿ ਸਾਨੂੰ ਵੀ ਕੁਛ ਪਤਾ ਲੱਗ ਸਕੇ ਕਿ ਕਿਸ ਹਾਲਾਤਾਂ 'ਚ ਹੋ ਗਿਆ। ਹਾਂਜੀ, ਉਹ ਤਾਂ ਆਸ ਹੁੰਦੀ ਆ, ਉਹ ਤਾਂ ਸਾਰੇ ਕਹਿ ਕੇ ਜਾਂਦੇ। ਕੀ ਹੋ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਮੰਗ ਇਹੀ ਸਰ, ਮੈਂ ਪਹਿਲਾਂ ਵਾਲੀ ਜੋ ਮੈਂ ਕਹਿਣ ਦੀ ਹਾਂ ਕਿ ਮੇਰੇ ਭਰਾ ਨੂੰ ਜੋ ਸਾਡੀਆਂ ਬੱਚੀਆਂ ਤੇ ਜੋ ਸਾਡੇ ਪਰਿਵਾਰ ਤੇ ਜੋ ਪਿੰਡ ਤੇ ਦਾਗ ਲੱਗਾ ਧੱਬਾ ਲੱਗਾ ਇਹਨੂੰ ਮਿਟਾਇਆ ਦਿੱਤਾ ਜਾਵੇ ਬਸ। ਕੀ ਤੁਹਾਨੂੰ ਲੱਗਦਾ ਇੱਥੇ ਕੋਈ ਉਹਨੂੰ ਲੈ ਕੇ ਗਿਆ, ਕੋਈ ਸਾਜ਼ਿਸ਼ ਇਹਦੀ ਵੱਡੀ? ਉਹ ਤਾਂ ਸਰ ਸਾਰਿਆਂ ਨੂੰ ਪਤਾ ਕਿ ਸਾਜ਼ਿਸ਼ ਆ, ਮੇਰੇ ਦੱਸਣ ਨਾਲ ਤੇ ਕੁਛ ਹੋਣਾ ਨਹੀਂ, ਮੈਂ ਤੇ ਉਦੋਂ ਦੀ ਕਹਿਣ ਦੀ। ਹੁਣ ਇਹ ਤੇ ਪਤਾ ਨਹੀਂ ਮੈਨੂੰ ਵੀ ਕੌਣ ਲੈ ਕੇ ਗਿਆ। ਦੋਸ਼ੀ ਸਜ਼ਾ ਮਿਲਣੀ ਚਾਹੀਦੀ ਹੈ। ਉਹ ਤੇ ਸਰ ਤੁਹਾਨੂੰ ਖੁਦ ਵੀ ਪਤਾ ਕਿ ਜਿਹੜੀ ਉਹਨੂੰ ਬੇਰਹਿਮੀ ਨਾਲ ਉਹਦਾ ਕਤਲ ਕਰ ਦਿੱਤਾ ਗਿਆ, ਉਹ ਤੇ ਦੋਸ਼ੀ ਸਾਹਮਣੇ ਆਉਣਾ ਹੀ ਚਾਹੀਦਾ। ਅੱਜ ਜਿਹੜੀ ਇਹਨਾਂ ਨੇ ਪੁੱਛ ਕਿਸੇ ਨੇ ਕੀ ਤੁਹਾਨੂੰ ਜ਼ਿਆਦਾ ਪੁੱਛਗਿੱਛ ਕੀਤੀ ਹੈ? ਇਹੀ ਬਸ ਕਿ ਕਦੋਂ ਗਏ ਸੀ, ਕਿੰਨੀ ਤਰੀਕ ਤੇ ਗਏ ਸੀ, ਕੀ ਕਹਿ ਕੇ ਗਏ, ਕਿਹਦੇ ਨਾਲ ਗਏ, ਬਸ ਇਹੀ ਪਹਿਲਾਂ ਵਾਲੀ। ਤਰਨਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।